48 ਘੰਟੇ ਦੇ ਵਿੱਚ ਅਗਰ ਕਾਸਟ ਨਹੀਂ ਦਿੱਤਾ ਤੁਹਾਡੀ ਸਾਰੀ ਐਪਲੀਕੇਸ਼ਨ ਫ੍ਰੀ ਦੇ ਵਿੱਚ ਪ੍ਰੋਸੈਸ ਕਰਾਂਗੇ ਤੁਹਾਨੂੰ ਬਿਨਾਂ ਪੈਸੇਾਂ ਤੋਂ ਫ੍ਰੀ ਦੇ ਵਿੱਚ ਮੁਫਤ ਦੇ ਵਿੱਚ ਤੁਹਾਨੂੰ ਯੂਕੇ ਭੇਜਾਂਗੇ ਕਈ ਬੱਚੇ ਇਸ ਆਪਸ਼ਨ ਨੂੰ ਅਵੇਲ ਕਰ ਚੁੱਕੇ ਆ ਦੋ-ਦੋ ਦਿਨਾਂ 'ਚ ਕਾਸਟ ਲੈ ਚੁੱਕੇ ਆ ਸੋ ਅਗਰ ਤੁਸੀਂ ਵੀ ਯੂਕੇ 'ਚ ਕੰਮ ਕਰਨ ਜਾਣਾ ਕੇਅਰ ਵਰਕਰ ਦੇ ਵਿੱਚ ਤੁਸੀਂ ਕੰਮ ਕਰਨ ਜਾਣਾ ਗ੍ਰੈਜੂਏਸ਼ਨ ਕੀਤੀ ਹੈ ਸਪਾਊਸ ਨਾਲ ਜਾਣਾ ਤਾਂ ਕੇਵਲ ਦੋ ਦਿਨ ਦੇ ਵਿੱਚ ਕਾਸਟ ਲੈ ਆ ਜਾ ਸਕਦਾ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੁਖਚਾਨ ਰਾਹੀ ਆਰਐਸ ਗਲੋਬਲ ਕਮਿਊਨੀਕੇਸ਼ਨ ਦੇ ਸੀ ਯੂ ਟਿਊਬ ਚੈਨਲ ਦੇ ਮਾਧਿਅਮ ਰਾਹੀਂ ਅੱਜ ਬਹੁਤ ਸਾਰੇ ਪਰੰਪਲਖੇ ਦੂਰ ਕਰਾਂਗਾ ਯੂਕੇ ਵਰਕ ਪਰਮ ਨੂੰ ਲੈ ਕੇ ਵੀਡੀਓ ਥੋੜੀ ਜੀ ਲੰਬੀ ਹੋ ਸਕਦੀ ਹੈ ਪਰ ਵੇਖਿਓ ਜ਼ਰੂਰ ਕਿਉਂਕਿ 8-10 ਪਿੰਡ ਜੇ ਤੁਸੀਂ ਵੀਡੀਓ ਵੇਖੀ ਤਾਂ ਜ਼ਿੰਦਗੀ ਚ ਪਰੰਪਲਖੇ ਦੂਰ ਹੋਣਗੇ ਆਪ ਨੂੰ ਆਪਣੇ ਆਪ ਨੂੰ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕਦਾ ਹੈ ਪੈਸੇ ਖਰਾਬ ਹੋਣ ਤੋਂ ਬਚਾਇਆ ਜਾ ਸਕਣਗੇ ਔਰ ਬਹੁਤ ਸਾਰੀਆਂ ਚੀਜ਼ਾਂ ਦੀ ਕਲੈਰਟੀ ਮਿਲ ਜਾਏਗੀ ਬਿਨਾ ਸਮਾਂ ਖਰਾਬ ਕੀਤੇ ਵੀਡੀਓ ਸ਼ੁਰੂ ਕਰਦੇ ਆਂ ਵੀਰੂ ਚੰਗੀ ਲੱਗੀ ਤਾਂ ਤੱਕ ਵੇਖਿਓ ਸ਼ੇਅਰ ਕਰਿਓ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਕਿਉਂਕਿ ਇਦਾਂ ਦੀਆਂ ਪੁਖਤਾ ਜਾਣਕਾਰੀਆਂ ਮੈਂ ਇਸ ਚੈਨਲ ਤੇ ਤੁਹਾਡੇ ਤੱਕ ਲੈ ਕੇ ਆਉਣਾ ਤਾਂ ਕਿ ਤੁਸੀਂ ਆਪਣੇ ਵਿਕਸਬੰਧਿਕ ਚੰਗਾ ਔਰ ਸਹੀ ਫੈਸਲਾ ਲੈ ਸਕੋ ਯੂਕੇ ਵਰਕ ਪਰਮਿਟ ਪਿਛਲੇ ਲਗਭਗ 6-8 ਮਹੀਨਿਆਂ ਤੋਂ ਲਗਾਤਾਰ ਹਰ ਇੱਕ ਦੇ ਪੇਜ ਤੇ ਹਰ ਇੱਕ ਸੋਸ਼ਲ ਪਲੇਟਫਾਰਮ ਤੇ ਬੜਾ ਕੁਝ ਦੇਖਣ ਨੂੰ ਮਿਲ ਰਿਹਾ ਓਵਲਾ ਕੰਸਲਟੈਂਟ ਓਵਲਾ ਏਜੰਟ ਜਿਹੜਾ ਪਿਛਲੇ 2-4 ਸਾਲ ਤੋਂ ਸਟੱਡੀ ਵੀਜ਼ੇ ਵੇਚਦਾ ਸੀ ਸਿੰਗapore ਕਰਦਾ ਸੀ ਸਾਈਪਰਸ ਭੇਜਦਾ ਸੀ ਬੱਚੇ ਜਾਂ ਕਿਸੇ ਵੀ ਕੰਟਰੀ ਦੇ ਵਿਸਟਰ ਵੀਜ਼ਾ ਲਹੁੰਦਾ ਸੀ ਉਹ ਵੀ ਯੂਕੇ ਦੇ ਵਰਪਾ ਮੰਡੀ ਮਸ਼ੂਰੀ ਕਰ ਰਿਹਾ ਇੱਕ ਗੱਲ ਦਾ ਜਵਾਬ ਦਿਓ ਮੈਨੂੰ ਵੀਡੀਓ ਵੇਖ ਰਹੇ ਹੋ ਜੇ ਕੋਈ ਤੁਹਾਡੇ ਘਰ ਚ ਰੱਬ ਨਾ ਕਰੇ ਬਿਮਾਰੀ ਕਿਸੇ ਦੇ ਘਰ ਆ ਸਕਦੀ ਹੈ ਤੁਹਾਡੇ ਘਰ ਚ ਕੋਈ ਵੀ ਬਿਮਾਰੀ ਆ ਜਾਏ ਕੋਈ ਪ੍ਰੋਬਲਮ ਪੈ ਜਾਵੇ ਕੋਈ ਲੈਟ ਲੈਟਸ ਇਕਜ਼ਾਮਪਲ ਲੈਂਦੇ ਆਪਾਂ ਹਾਰਟ ਸਰਜਰੀ ਕਰਾਉਣੀ ਹੈ ਕੀ ਹਾਰਟ ਸਰਜਰੀ ਕਰਾਉਣ ਲਈ ਕਿਸੇ ਟੇਲਰ ਦੀ ਦੁਕਾਨ ਤੇ ਜਾਓਗੇ ਕਿਸੇ ਦਰਜੀ ਦੇ ਕੋਲ ਕਿਸੇ ਬੁਟੀਕ ਤੇ ਜਾਓਗੇ ਹਾਰਟ ਸਰਜਰੀ ਕਰਨ ਲਈ ਕਿਸੇ ਇੱਕ ਹਾਰਟ ਸਪੈਸ਼ਲਿਸਟ ਕੋ ਜਾਓਗੇ ਵੀਦ ਕਰਦਾ ਜਵਾਬ ਹਾਰਟ ਸਪੈਸ਼ਲਿਸਟ ਹੀ ਹੋਏਗਾ ਤੁਹਾਡਾ ਤਾਂ ਜੇ ਇੱਕ ਦਿਲ ਦਾ ਆਪਰੇਸ਼ਨ ਇੱਕ ਦਰਜੀ ਜਾਂ ਇੱਕ ਟੇਲਰ ਜਾਂ ਇੱਕ ਬੁਟੀਕ ਵਾਲਾ ਨਹੀਂ ਕਰ ਸਕਦਾ ਇਸੇ ਤਰ੍ਹਾਂ ਇੱਕ ਸਟੂਡੈਂਟ ਵੀਜ਼ੇ ਵਾਲਾ ਜਾਂ ਵਿਜ਼ਟਰ ਵੀਜ਼ੇ ਵਾਲਾ ਇੱਕ ਵਰਕ ਪਰਮਿਟ ਦੀਲ ਕਿਵੇਂ ਕਰ ਸਕਦਾ ਜਦ ਤੱਕ ਉਹਦੇ ਕੋਲ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦਾ ਲਾਇਸੈਂਸ ਨਹੀਂ ਹੈਗਾ ਇਹ ਬੜੀ ਵੱਡੀ ਗੱਲ ਹੈ ਪੰਜਾਬ ਚ ਕਦੀ ਕਿਸੇ ਨੇ ਦੱਸਿਆ ਨਹੀਂ ਨਾ ਕਿਸੇ ਨੂੰ ਪਤਾ ਔਰ ਨਾ ਕਦੀ ਕਿਸੇ ਨੇ ਜ਼ਿਕਰ ਕੀਤਾ ਕਿਸੇ ਵੀ ਏਜੰਟ ਨੂੰ ਵਰਕ ਪਰਮਿਟ ਦੀ ਐਡ ਕਰਨ ਲਈ ਪ੍ਰੋਮੋਸ਼ਨ ਕਰਨ ਲਈ ਡਿਸਕਸ਼ਨ ਕਰਨ ਲਈ ਜਾਂ ਕਹ ਦिए ਵਰਕ ਪਰਮਿਟ ਦੇ ਕਲਾਇੰਟਸ ਡੀਲ ਕਰਨ ਦੇ ਲਈ ਵਰਕ ਪਰਮਿਟ ਦਾ ਲਾਇਸੈਂਸ ਸਹੀ ਦਾ ਜੋ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੋਂ ਮਿਲਦਾ ਦਿੱਲੀ ਤੋਂ ਮਿਲਦਾ ਲਗਭਗ 50-50 ਲੱਖ ਰੁਪਏ ਦੀ ਸਿਕਿਉਰਿਟੀ ਜਮ੍ਹਾਂ ਕਰਕੇ ਸਰਕਾਰ ਫਿਰ ਤੁਹਾਨੂੰ ਲਾਇਸੈਂਸ ਦਿੰਦੀ ਗਵਰਨਮੈਂਟ ਤੁਹਾਨੂੰ ਉਹ ਡਿਪਾਰਟਮੈਂਟ ਤੁਹਾਨੂੰ ਲਾਇਸੈਂਸ ਦਿੰਦਾ ਤਾਂ ਕਿ ਤੁਹਾਡਾ ਠੱਗੀ ਨਾ ਹੋ ਸਕੇ ਇਨ ਕੇਸ ਬੱਚੇ ਦਾ ਵੀਜ਼ਾ ਰਿਫਿਊਜ਼ ਹੁੰਦਾ ਕੋਈ ਬੱਚੇ ਨਾਲ ਠੱਗੀ ਹੁੰਦੀ ਤਾਂ ਉਸ ਠੱਗੀ ਨੂੰ ਰੋਕਣ ਲਈ ਜਾਂ ਉਹਦੇ ਪੈਸੇ ਦੀ ਪਰਪਾਈ ਸਰਕਾਰ ਜਾਂ ਡਿਪਾਰਟਮੈਂਟ ਜਿਹੜੀ ਗਾਰੰਟੀ ਦਿਖਾਈ ਗਈ ਹੈ ਉਹਦੇ ਤੋਂ ਦੇ ਕੇ ਬੱਚੇ ਦੀ ਪਰਪਾਈ ਕੀਤੀ ਜਾ ਸਕੇ 50-50 ਲੱਖ ਰੁਪਏ ਦੀਆਂ 80-80 ਲੱਖ ਰੁਪਏ ਦੀਆਂ ਗਾਰੰਟੀਆਂ ਸਰਕਾਰ ਨੂੰ ਭਰਨੀ ਪੈਂਦੀਆਂ بڑے ਪੇਪਰ ਫਾਰਮੈਲਿਟੀ ਚੋ 6 ਮਹੀਨੇ 8 ਮਹੀਨੇ ਗੁਜ਼ਰਨਾ ਪੈਂਦਾ ਤੁਹਾਡਾ ਬੜਾ ਟਰੈਕ ਰਿਕਾਰਡ ਚੈੱਕ ਹੁੰਦਾ ਫਿਰ ਜਾ ਕੋ ਲਾਇਸੈਂਸ ਮਿਲਦਾ ਜੋ ਪੰਜਾਬ ਚ ਚੁੜਿੰਦਾ ਏਜੰਟਸ ਕੋਲ ਜਾਂ ਕੰਪਨੀ ਕੋਲ ਹੋਣਗੇ RS ग्लोबल इमigration मिनिस्ट्री ऑफ एक्सटर्नल अफेयर ਤੋਂ অথরাইজ এজেন্ট ਹੈ कंसलटेंट ਹੈ ਜੋ ਕਿਸੇ ਵੀ ਐਪਲੀਕੈਂਟ ਨੂੰ ਬਿਨੇਕਾਰ ਨੂੰ ਜਾਂ ਕਿਸੇ ਸਟੂਡੈਂਟ ਨੂੰ ਜਾਂ ਕਿਸੇ ਵਿਅਕਤੀ ਨੂੰ ਵਰਕ ਪਰਮਿਟ ਦੀ ਸਲਾਹ ਦੇ ਸਕਦੀ ਹੈ ਸਭ ਤੋਂ ਪਹਿਲਾਂ ਜਰੂਰੀ ਤੁਸੀਂ ਕਿਸੇ ਕੰਸਲਟੈਂਟ ਕੋਲ ਕਿਸੇ ਅਮਰਸਾਰ ਮੋਹਾਲੀ ਚੰਡੀਗੜ੍ਹ ਬਠਿੰਡੇ ਕਿਸੇ ਦਫ਼ਤਰ 'ਚ ਬੈਠੇ ਹੋ ਉਸ ਏਜੰਟ ਨਾਲ ਅਗਰ ਵਰਕ ਪਰਮਿਟ ਦੀ ਗੱਲ ਕਰਦੇ ਹੋ ਉਹਨੂੰ ਪੁੱਛ ਕੇ ਪੁੱਛੋ ਕਿ ਆਪਦੇ ਦਫ਼ਤਰ ਤੋਂ ਡਰਾਰ ਤੋਂ ਪਹਿਲਾਂ ਮੈਨੂੰ ਆਪਣਾ ਵਰਕ ਪਰਮਿਟ ਦਾ ਲਾਇਸੈਂਸ ਕੱਟ ਕੇ ਦਿਖਾਓ ਦੇਵ ਲਾਇਸੈਂਸ ਹੈ ਫਿਰ ਉਸ ਦਫਤਰ ਚ ਬੈਠ ਕੇ ਸਲਾਹ ਲੋ ਉੱਧਰ ਉੱਥੋਂ ਫੜਫੜ ਭੋਂਦੇ ਪੈਰੀ ਵਾਪਸ ਆ ਜਾਓ ਕਿਉਂਕਿ ਸਿਰਫ ਠੱਗੀ ਦਾ ਸ਼ਿਕਾਰ ਉਸ ਦਫਤਰ ਚ ਹੋਵਗੇ ਪੈਸੇ ਖਰਾਬ ਹੋਣਗੇ ਕਿਉਂਕਿ ਸਰਕਾਰ ਉਸ ਕੰਪਨੀ ਨੂੰ ਇਜਾਜ਼ਤ ਨਹੀਂ ਦੇ ਰਹੀ ਵਰਕ ਪਰਮਿਟ ਸਲਾਹ ਦੇਂਦੀ ਇੰਨੀ ਕਲੈਰਟੀ ਦੇ ਨਾਲ ਇੰਨੇ ਕਲੀਅਰ ਸ਼ਬਦਾਂ ਨਾਲ ਤੁਹਾਨੂੰ ਇਹ ਗੱਲ ਸਮਝਾ ਦਿੱਤੀ ਹੈ ਇਸ ਤੋਂ ਬਾਅਦ ਵੀ ਫੈਸਲਾ ਲੈਣਾ ਤੁਹਾਡੀ ਆਪਣੀ ਮਰਜ਼ੀ ਹੈ ਸਾਡੀ ਕੈਂਪੇਨਿੰਗ ਚੱਲ ਰਹੀ ਹੈ ਯੂਕੇ ਦਾ ਵਰਕ ਪਰਮਿਟ ਬਿਲਕੁਲ ਫ੍ਰੀ ਚ ਦਵਾਂਗੇ ਅਗਰ 2 ਦਿਨ ਚ ਕੋਸ ਨਹੀਂ ਦਿੰਦੇ ਬਹੁਤ سارے ਬੱਚਿਆਂ ਨੂੰ ਕਾਸ ਬਾਰੇ ਪਤਾ ਕੀਉਂ ਨਹੀਂ ਪਤਾ ਡਿਟੇਲ ਚ ਦੱਸ ਦਿੰਦਾ ਤੁਸੀਂ ਯੂਕੇ ਪੜ੍ਹਾਈ ਕਰਨ ਜਾਣਾ ਤਾਂ ਕੈਸ਼ ਲੈਟਰ ਚਾਹੀਦਾ ਜੋ ਯੂਨੀਵਰਸਿਟੀ ਵੱਲੋਂ ਡਿਪਾਰਟਮੈਂਟ ਤੋਂ ਜਾਰੀ ਹੁੰਦਾ ਕਨਫਰਮੇਸ਼ਨ ਆਫ ਅਕਸੈਪਟੈਂਸ ਆਫ ਸਟੱਡੀਜ਼ ਇਸੇ ਤਰ੍ਹਾਂ ਕਿਸੇ ਐਪਲੀਕੈਂਟ ਨੇ ਕਿਸੇ ਬੰਦੇ ਨੇ ਕੰਮ ਕਰਨ ਜਾਣਾ ਯੂਕੇ ਤੋਂ ਉਹਨੂੰ ਕਿਸੇ ਕੰਪਨੀ ਤੋਂ ਉੱਥੇ ੈਂਪਲੋਇਰ ਤੋਂ ਜੌਬ ਲੈਟਰ ਚਾਹੀਦੀ ਜੌਬ ਆਫਰ ਚਾਹੀਦੀ ਜਿਹਨੂੰ ਕਿਹਾ ਜਾਂਦਾ ਕਨਫਰਮੇਸ਼ਨ ਆਫ ਸਪੌਂਸਰਸ਼ਿਪ ਕਾਸ ਲੈਟਰ ਇੱਕ ਕਾਸ ਲੈਟਰ ਲਈ ਬੱਚੇ ਲੱਖਾਂ ਰੁਪਏ ਖਰਚ ਕੇ 2 2 4 4 ਮਹੀਨੇ 6 6 ਮਹੀਨੇ ਖਰਾਬ ਕਰਕੇ ਇੱਧਰ ਉੱਧਰ ਅਸੀਂ ਪਹਿਲਾਂ ਕਦੀ ਵਰਕ ਪਰਮਿਟ ਦੀ ਪ੍ਰੋਮੋਸ਼ਨ ਨਹੀਂ ਕੀਤੀ ਕਿਉਂਕਿ ਸਾਡੇ ਕੋਲ ਵਰਕ ਪਰਮਿਟ ਲਾਇਸੈਂਸ ਨਹੀਂ ਸੀ ਜਦੋਂ ਵਰਕ ਪਰਮਿਟ ਦਾ ਲਾਇਸੈਂਸ ਆਇਆ ਉਸ ਤੋਂ ਬਾਅਦ ਹੀ ਪ੍ਰੋਮੋਸ਼ਨ ਕਰਨੀ ਸ਼ੁਰੂ ਕੀਤੀ ਬਿਕਾਜ਼ ਅਸੀਂ ਹਮੇਸ਼ਾ ਡਾਕੂਮੈਂਟਸ ਵਾਈਜ਼ ਆਪਣੇ ਅੰਦਰ ਕਮਜ਼ੋਰ ਨਹੀਂ ਰੱਖਦੇ ਅੱਜ ਵਰਕ ਪਰਮਿਟ ਦੀ ਐਡਵਰਟਾਈਜ਼ਮੈਂਟ ਅੱਜ ਵਰਕ ਪਰਮਿਟ ਦੀ ਪ੍ਰੋਮੋਸ਼ਨ ਜਾਂ ਗਲਤ ਇਸ ਲਈ ਕੀਤੀ ਜਾ ਰਹੀ ਆ RS ਵੱਲੋਂ ਕਿਉਂਕਿ ਸਾਡੇ ਕੋਲ ਮਿਨਿਸਟਰੀ ਆਫ ਐਕਸ਼ਨ ਅਫੇਅਰ ਤੋਂ ਵਰਕ ਪਰਮਿਟ ਹੈ ਅੱਜ ਅਸੀਂ ਅਥੋਰਾਈਜ਼ ਤਾਂ ਤੁਹਾਨੂੰ ਵਰਕ ਪਰਮਿਟ ਭੇਜਣ ਲਈ ਕੱਲ ਨੂੰ ਤੁਹਾਡੇ ਨਾਲ ਕੋਈ ਧੋਖਾਧੜੀ ਹੁੰਦੀ ਤਾਂ ਸਾਡੇ ਉੱਤੇ ਤਲਵਾਰ ਲਮਕੀ ਹੈ ਪਿੱ ਅਸੀਂ ਗਲਤ ਚਾਹ ਕੇ ਵੀ ਨਹੀਂ ਕਰ ਸਕਦੇ ਇੱਕ ਬੜਾ ਵੱਡਾ ਵਿਸ਼ਵਾਸ ਬੱਚੇ 'ਚ ਹੋਣਾ ਚਾਹੀਦਾ ਅੱਜ ਵਰਕ ਪਰਮਿਟ ਤੇ ਯੂਕੇ ਜਾਣਾ ਚਾਹੁੰਦੇ ਹੋ ਸਪਾਊਸ ਨਾਲ ਜਾਣਾ ਚਾਹੁੰਦੇ ਹੋ ਪਰਿਵਾਰ ਨਾਲ ਜਾਣਾ ਚਾਹੁੰਦੇ ਹੋ 12ਵੀਂ ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ ਜਿਨੇ 12ਵੀਂ ਕੀਤੀ ਹੈ ਉਹਨੂੰ ਤਾਂ ਯੂਕੇਵੀਏ ਜਾਂ ਆਲਟਸ ਜਾਂ ਯੂਕੇਵੀਏ ਪੀਟੀ ਕਰਨਾ ਪਏਗਾ ਪੀਟੀ ਵਿੱਚੋਂ ਯੂਕੇਵੀਏ ਪੀਟੀ 'ਚੋਂ 43 ਸਕੋਰ ਓਵਰੋਲ 43 ਚਾਹੀਦੇ ਨੇ 43 ਓਵਰੋਲ 43 'ਚ ਜੇ ਆਲਟਸ ਕੀਤੀ ਤਾਂ 5 ਓਵਰੋਲ 4 ਈਚ ਚਾਹੀਦੇ ਨੇ ਯੂਕੇਵੀਏ ਆਲਟਸ ਵਿੱਚੋਂ ਪਰ ਜਿਹਨੇ ਗ੍ਰੈਜੂਏਸ਼ਨ ਕੀਤੀ ਹੈ ਉਹ ਵਿਦਾਊਟ ਆਲਸ ਵੀ ਯੂਕੇ ਵਰਕ ਪਰਮਿਟ ਤੇ ਜਾ ਸਕਦਾ ਆਪਣੇ ਪਰਿਵਾਰ ਆਪਣੇ ਬੱਚਿਆਂ ਦੇ ਨਾਲ ਔਰ 4 ਤੋਂ 5 ਸਾਲ ਦਾ ਤੁਹਾਨੂੰ ਕੋਸ ਮਿਲਦਾ ਜਨ ਕਿ ਜੌਬ ਜਿਹੜੀ ਤੁਹਾਨੂੰ ਮਿਲਦੀ ਹੈ এমਪਲੋਇਮੈਂਟ ਜਿਹੜੀ ਤੁਹਾਨੂੰ ਮਿਲਦੀ ਹੈ 4 ਤੋਂ 5 ਸਾਲ ਦੀ ਮਿਲਦੀ ਹੈ ਉਸ ਤੋਂ ਬਾਅਦ ਤੁਸੀਂ ਜਦੋਂ 5 ਸਾਲ ਉੱਥੇ ਵਰਕ ਪਰਮਿਟ ਤੇ ਰਹਿੰਦੇ ਹੋ ਆਪਣੇ ਪਰਿਵਾਰ ਨਾਲ ਪੀਆਰ ਪਾਉਣ ਦੇ ਵੀ ਹੱਕਦਾਰ ਹੋ ਔਰ ਜਿਹੜਾ ਸਾਡੇ ਵੱਲੋਂ ਦਾਵਾ ਕੀਤਾ ਜਾ ਰਿਹਾ ਜਿਹੜੀ ਕੰਪਨੀ ਚੱਲਦੀ ਹੈ ਜੋ ਅੱਜ ਦੀ ਵੀਡੀਓ ਦਾ ਪਰਪਸ ਹੀ ਖੱਦਲ ਖਵਾਰੀ ਦੀ ਲੋੜ ਨਹੀਂ ਟਾਈਮ ਖਰਾਬ ਕਰਨ ਦੀ ਲੋੜ ਨਹੀਂ 2 ਦਿਨ ਦੇ ਵਿੱਚ ਕੋਸ ਲੈਟਰ ਦੇਵਾਂਗੇ ਤੁਹਾਨੂੰ 48 ਘੰਟੇ ਦੇ ਵਿੱਚ ਅਗਰ ਕੌਸਟ ਨਹੀਂ ਦਿੱਤਾ ਤੁਹਾਡੀ ਸਾਰੀ ਐਪਲੀਕੇਸ਼ਨ ਫ੍ਰੀ ਦੇ ਵਿੱਚ ਪ੍ਰੋਸੈਸ ਕਰਾਂਗੇ ਤੁਹਾਨੂੰ ਬਿਨਾ ਪੈਸੇਾਂ ਤੋਂ ਫ੍ਰੀ ਦੇ ਵਿੱਚ ਮੁਫਤ ਦੇ ਵਿੱਚ ਤੁਹਾਨੂੰ ਯੂਕੇ ਭੇਜਾਂਗੇ ਇਹ ਦਾਵਾ ਇਸ ਮੰਚ ਰਾਹੀਂ ਕਰ ਰਹੇ ਹਾਂ ਚਾਹੀਦਾ ਕੀ ਹੈ ਤੁਹਾਡੇ ਐਜੂਕੇਸ਼ਨ ਡਾਕੂਮੈਂਟ ਐਕਸਪੀਰੀਅੰਸ ਸਰਟੀਫਿਕੇਟ ਤੁਹਾਡੀ ਪੀਸੀਸੀ ਤੁਹਾਡਾ ਮੈਡੀਕਲ ਅਗਰ ਇਹ ਡਾਕੂਮੈਂਟ ਰੈਡੀ ਹੈ ਇੱਕ ਦਿਨ ਦੇ ਵਿੱਚ ਤੁਹਾਡੀ ਐਪਲੀਕੇਸ਼ਨ ਏਮਪਲੋਇਰ ਕੋਲ ਜਾਊਗੀ ਸ਼ਾਮ ਨੂੰ ਯੂਕੇ ਦੇ ਟਾਈਮ ਦੇ ਹਿਸਾਬ ਨਾਲ ਏਮਪਲੋਇਰ ਤੁਹਾਨੂੰ ਟੈਲੀਫੋਨਿਕਲੀ ਜਾਂ ਜ਼ੂਮ ਲੀਕ ਕੇ ਤੋਂ ਤੇ ਤੁਹਾਡੀ ਇੰਟਰਵਿਊ ਲਏਗਾ ਬੇਸਿਕ ਇੰਟਰੋਡਕਸ਼ਨ ਡਰਨ ਦੀ ਲੋੜ ਨਹੀਂ ਕਿ ਤੁਸੀਂ ਰਾਕਟ ਸਾਇੰਸ ਨਹੀਂ ਤੁਹਾਨੂੰ ਪੁੱਛੇਗਾ। EMPLOYER ਤੁਹਾਨੂੰ ਬੇਸਿਕ ਇੰਟਰਵਿਊ ਲਏਗਾ, ਤੁਹਾਡੀ ਇੰਟਰਵਿਊ ਕਲੀਅਰ ਹੋ ਗਈ, ਸ਼ਾਮ ਨੂੰ ਮੇਲ ਆ ਜਾਂਦੀ ਹੈ। ਨੈਕਸਟ ਡੇ ਵਿਦਿਨ 24 ਆਰ ਤੁਹਾਨੂੰ ਕਾਲ ਮਿਲ ਜਾਂਦਾ। ਮੈਂ ਫਿਰ ਵੀ ਤੁਹਾਨੂੰ 48 ਘੰਟੇ 2 ਦਿਨ ਦਾ ਸਮਾਂ ਦੇ ਰਿਹਾ। ਸੋ ਅਗਰ 2 ਦਿਨ ਦੇ ਵਿੱਚ RS ਗੋਬਲ ਤੁਹਾਨੂੰ ਕਾਲ ਸੈੱਟ ਨਾ ਦੇ ਪਾਵੇ, ਤੁਹਾਡੀ ਐਪਲੀਕੇਸ਼ਨ ਮੁਫਤ ਦੇ ਵਿੱਚ ਫ੍ਰੀ ਦੇ ਵਿੱਚ ਪ੍ਰੋਸੈਸ ਕੀਤੀ ਜਾਏਗੀ। ਇਹ ਦਾਵਾ ਕੰਪਨੀ ਵੱਲ ਕੀਤਾ ਜਾਂਦਾ। ਇਹ ਆਵਾਜ਼ ਇਹ ਵੀਡੀਓ ਰਿਕਾਰਡ ਕਰਕੇ ਰੱਖ ਲਿਓ। ਅਗਰ ਕੱਲ ਨੂੰ ਕੰਪਨੀ 2 ਦਿਨ ਚ ਕਾਲ ਸੈੱਟ ਨਾ ਦੇ ਸਕੇ ਤਾਂ ਪੈਸੇ ਕੋਈ ਵੀ ਨਾ ਦਿਓ। ਇਹ ਗੱਲਾਂ ਕੈਮਰੀ ਤੇ ਕਰਨੀਆਂ ਸੌਖੀਆਂ ਨਹੀਂ ਇਹ ਤਾਂ ਹੀ ਕੀਤੀਆਂ ਜਾਂਦੀਆਂ ਪੱਲੇ ਦੁਰਤ ਰੱਖੀ ਜਾਂਦੀ ਹੈ ਜਿਗਰਾ ਰੱਖਿਆ ਜਾਂਦਾ ਪਤਾ ਕਿ 1 ਮਿੰਟ ਉਹ ਪੂਰੀ ਅਸੀਂ 올ਡੀ ਪਹਿਲਾਂ ਕਰ ਚੁੱਕੇ ਹਾਂ ਉਹ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜਿਹੜੇ ਅੱਜ ਤੁਹਾਨੂੰ ਮੈਂ ਪ੍ਰੋਮੋਸ਼ਨ ਕਰ ਰਹੇ ਆ ਜਾਂ ਜਿਹੜੀ ਤੁਹਾਨੂੰ ਅੱਜ ਦਾਅਵੇ ਕਰ ਰਹੇ ਆ ਇਹ ਕੋਈ ਤੁਹਾਡੇ ਲਈ ਨਵਾਂ ਦਾਵਾ ਨਹੀਂ 올ਡੀ ਪਹਿਲਾਂ ਕਈ ਬੱਚੇ ਇਸ অপਸ਼ਨ ਨੂੰ ਅਵੇਲ ਕਰ ਚੁੱਕੇ ਆ ਦੋ ਦੋ ਦਿਨ ਚ ਕਾਸਟ ਲੈਟਰ ਲੈ ਚੁੱਕੇ ਆ ਚਾਹੇ ਉਹ ਵਿਸ਼ਾਲੀ ਸਟੂਡੈਂਟ ਦੀ ਗੱਲ ਕਰਾਂ ਚਾਹੇ ਉਹ ਹਰਨੀਤ ਕੌਰ ਦੀ ਗੱਲ ਕਰਾਂ ਜਾਂ ਕਈ ਹੋਰ ਜੇ ਐਪਲੀਕੈਂਟਸ ਜਿਹੜੇ ਦੋ ਦੋ ਦਿਨ ਦੇ ਵਿੱਚ ਕਾਸਟ ਲੈਟਰ ਲੈ ਕੇ ਆਪਣਾ ਯੂਕੇ ਦਾ ਸਫਰ ਤਹਿ ਸ਼ੁਰੂ ਕਰ ਚੁੱਕੇ ਸੋ ਅਗਰ ਤੁਸੀਂ ਵੀ ਯੂਕੇ ਚ ਕੰਮ ਕਰਨ ਜਾਣਾ ਮੈਂ ਪਿਓਰਲੀ ਕੰਮ ਕਰਨ ਦੀ ਗੱਲ ਕਰ ਰਿਹਾ ਕੇਅਰ ਵਰਕਰ ਦੇ ਵਿੱਚ ਤੁਸੀਂ ਕੰਮ ਕਰਨ ਜਾਣਾ ਗ੍ਰੈਜੂਏਸ਼ਨ ਕੀਤੀ ਹੈ ਸਪਾਊਸ ਨਾਲ ਜਾਣਾ ਤਾਂ ਕੇਵਲ 2 ਦਿਨ ਦੇ ਵਿੱਚ ਕਾਸਟ ਲੈਟਰ ਲਿਆ ਜਾ ਸਕਦਾ ਹੈ ਯੂਕੇ ਦੇ ਵਿੱਚ ਤੁਸੀਂ ਵਰਕ ਪਰਮਿਟ ਤੇ ਜਾਣ ਲਈ ਪ੍ਰਾਇਓਰਟੀ ਦੀ ਸਰਵਿਸ ਅੰਬੈਸੀ ਚੋਂ ਲੈਂਦੇ ਹੋ ਤਾਂ ਤਕਰੀਬਨ 3 ਤੋਂ 4 ਦਿਨ ਦੇ ਵਿੱਚ ਅੰਬੈਸੀ ਵੀਜ਼ਾ ਦੇ ਰਹੀ ਹੈ ਨਾਰਮਲ ਦੇ ਵਿੱਚ 15-20 ਦਿਨ ਲੱਗ ਸਕਦੇ ਆ ਜਾਂ ਮਹੀਨਾ ਲੱਗ ਸਕਦਾ ਅਸੀਂ ਫਾਈਲ ਨਹੀਂ ਪਾਈ ਅਸੀਂ ਸਾਰੀਆਂ ਪ੍ਰਾਇਓਰਟੀ ਚ ਫਾਈਲਸ ਪਾ ਕੇ ਜਿੱਥੇ ਲਗਭਗ 60k ਰੁਪਏ ਫੀਸ ਐਕਸਟਰਾ ਜਾਂਦੀ ਇੰਬੈਸਡੀ ਉਹ ਪੇ ਕਰਕੇ ਤੁਸੀਂ 3 ਤੋਂ 4 ਦਿਨਾਂ ਵਿੱਚ ਵੀਜ਼ਾ ਲੈ ਸਕਦੇ ਹੋ ਸੋ ਟੋਟਲ 1 ਦਿਨ ਤੋਂ ਲੈ ਕੇ ਜਦੋਂ ਤੁਸੀਂ ਕੇਸ ਦਿੱਤਾ 7 ਤੋਂ 8 ਦਿਨ ਦੇ ਵਿੱਚ ਯੂਕੇ ਦਾ ਵੀਜ਼ਾ ਲੈ ਸਕਦੇ ਹੋ 4 ਸਾਲ ਤੋਂ ਲੈ ਕੇ 5 ਸਾਲ ਤੱਕ ਦਾ ਵਰਕ ਪਰਮਿਟ ਪਰਿਵਾਰ ਨਾਲ ਜਾਂਦਾ ਸੋ ਅਗਰ ਇਹ ਆਪਸ਼ਨ ਚੰਗੀ ਲੱਗੀ ਹੈ ਵੀਡੀਓ ਚੰਗੀ ਲੱਗੀ ਹੈ ਤਾਂ ਅੱਗੇ ਵੀਡੀਓ ਸ਼ੇਅਰ ਜੂ ਕਰਿਓ ਕਿਉਂਕਿ ਪੰਜਾਬ ਦੇ ਵਿੱਚ ਸਪੈਸ਼ਲੀ ਅੰਮ੍ਰਿਤਸਰ ਬਠਿੰਡੇ 'ਚ ਜਦੋਂ ਮੈਂ ਦਫ਼ਤਰ ਬੈਠਿਆ ਮਿਲਿਆ ਲੋਕਾਂ ਨੂੰ ਇਹੋ ਜਿਹੇ ਕਲਾਇੰਟ ਸੇਮ ਆ ਨਾਮ ਨਹੀਂ ਦੱਸਣਾ ਚਾਹੁੰਗਾ ਉਹਨਾਂ ਬੱਚਿਆਂ ਦੇ ਲੋਕਾਂ ਦੇ तकरीबन 3-3 ਮਹੀਨੇ ਖਰਾਬ ਹੋ ਗਏ 20-20 ਲੱਖ ਰੁਪਏ ਜਮ੍ਹਾਂ ਕਰਾ ਕੇ ਕੰਪਨੀ ਵਿੱਚ ਬੈਠੇ ਹਾਲ ਤੱਕ ਕਾਸਟ ਲੈਟਰ ਨਹੀਂ ਮਿਲਿਆ 20 ਲੱਖ ਰੁਪਏ ਖਰਾਬ ਕਰ ਲਿਆ ਕਾਸਟ ਲੈਟਰ ਹਾਲ ਤੱਕ ਨਹੀਂ ਮਿਲਿਆ ਔਰ ਆਰਐਸ ਕੋਲ ਤੁਹਾਨੂੰ 2 ਦਿਨ ਚ ਕਾਸਟ ਦੇ ਦਾਵਾ ਕਰ ਰਹੀ ਹੈ ਸਗਰੇ ਜੋ অপਸ਼ਨ ਅਵੇਲ ਕਰਨਾ ਚਾਹੁੰਦੇ ਉਹ ਦੇਖੋ ਇਹ অপਸ਼ਨ ਟੈਂਪਰੇਰੀ ਫੇਸ ਹੋ ਸਕਦਾ ਹੈ ਮੈਨੇ ਕਿੰਦਾ ਕਿ ਇਹ ਆਪਸ਼ਨ ਤੁਹਾਨੂੰ ਸਾਲ ਪਰ ਮਿਲਦੀ ਰਹੇਗੀ ਅੱਜ ਅਕਤੂਬਰ ਦੇ ਸੀ ਦੂਜੇ ਹਫਤੇ ਚ ਬੈਠੇ ਆ ਇਸ ਆਪਸ਼ਨ ਵੇਲ ਕਰਨਾ ਚਾਹੁੰਦੇ ਹੋ ਤਾਂ ਅਕਤੂਬਰ ਦੇ ਵਿੱਚ ਵਿੱਚ ਆਪਦੀ ਫਾਈਲ ਲਾਂਚ ਕਰਦੇ ਹੋ ਤਾਂ ਇਹ ਆਪਸ਼ਨ ਅਵੇਲੇਬਲ ਹੋ ਸਕਦੀ ਕਿਉਂਕਿ ਉਮੀਦ ਹੈ ਚਾਂਸ ਹੈ ਜਾਂ ਅਫਵਾਵਾ ਨੇ ਕਿ ਅਕਤੂਬਰ ਤੋਂ ਬਾਅਦ ਵਰਕ ਪਰਮ ਨੂੰ ਲੈ ਕੇ ਵੀ ਯੂਕੇ ਚ ਕੁਝ ਬਦਲਾਅ ਹੋਣਗੇ ਕਿ ਯੂਕੇ ਕੋਲੋਤਾ ਇਹੋ ਜਿਹਾ ਮੁਲਕਾ ਜਦੋਂ ਬਦਲਾਅ ਕਰਦਾ ਚੇਂਜਸ ਕਰਦਾ ਉਸੇ ਦਿਨ ਅਨਾਉਂਸ ਕਰਦਾ ਉਸੇ ਦਿਨ ਤੋਂ ਮਿਲਿਮਟ ਹੋ ਜਾਂਦੇ ਰੂਲ ਜਿਵੇਂ ਪਿਛਲੀ ਵਾਰ 7 ਅਗਸਤ ਨੂੰ ਇੰਪਲੀਮੈਂਟ ਕੀਤਾ ਗਿਆ ਕਿ ਹੁਣ ਸਟੂਡੈਂਟ ਜਾ ਕੇ ਵਰਪਮੈਂਟ ਚੇਂਜ ਨਹੀਂ ਕਰ ਪਾਏਗਾ ਇਸੇ ਤਰ੍ਹਾਂ ਹੋ ਸਕਦਾ ਕੱਲ ਨੂੰ ਕਹਣ ਤੁਸੀਂ ਇੰਡੀਆ ਤੁਸੀਂ ਦੇ ਤੌਰ ਤੇ ਵਰਪਮੈਂਟ ਨਹੀਂ ਲੈ ਸਕਦੇ ਇਸ ਕਾ ਕੇ ਅਕਤੂਬਰ ਦੇ ਵਿੱਚ ਵਿੱਚ ਆਪਸ਼ਨ ਹੈ ਅਵੇਲ ਕਰਨਾ ਚਾਹੁੰਦੇ ਹੋ ਤਾਂ ਅਰਸਗੋਬਦੀ ਪਠੰਡਾ ਮੋਹਾਲੀ ਜਲੰਧਰ ਜਾਂ ਅਮਰਸਾ ਬ੍ਰਾਂਚ ਵਿੱਚ ਮੇਰੇ ਵੀਜ਼ਾ ਕਾਉਂਸਲਰਸ ਨਾਲ ਮੈਨੇਜਰਸ ਨਾਲ ਮੇਰੇ ਨਾਲ ਮਿਲ ਕੇ ਸਲਾਮ ਮਸ਼ਵਰਾ ਲੈ ਕੇ ਆਪਸ਼ਨ ਅਵੇਲ ਕੀਤੀ ਜਾ ਸਕਦੀ ਹੈ ਨਵੇਂ ਵੀਡੀਓ ਨਵੇਂ ਟੌਪਿਕ ਲੈ ਕੇ ਫੇਰ ਤੁਹਾਡੇ ਰੂਬਰੂ ਹਾਜ਼ਰ ਹੋਊਗਾ ਇਹ ਵੀਡੀਓ ਕਿਵੇਂ ਦੀ ਲੱਗੀ ਕੰਟੈਂਟ ਕਿਵੇਂ ਦਾ ਲੱਗਾ ਆਪਦੇ ਫੀਡਬੈਕ ਜ਼ਰੂਰ ਦੇ ਦਿਓ ਚਾਹੇ ਪੋਜ਼ਿਟਿਵ ਚਾਹੇ ਨੈਗੇਟਿਵ ਆਪਦੇ ਸੁਝਾਅ ਜ਼ਰੂਰ ਦਿਓ ਤਦ ਤੱਕ ਲਈ ਜੁੁੰਦੇ ਵਾਸਤੇ ਰੱਬ ਰੱਖਾ ਸਸਤਾ